ਇੱਥੇ ਉੱਚਾ ਥੜਾ ਕਲੋਨੀ ਤੋਂ ਬੋਲ ਰਹੇ ਹਾਂ ਅਸੀਂ, ਧਾਰ ਕਲਾਂ ਰਣਜੀਤ ਸਾਗਰ ਡੈਮ। ਇੱਥੇ ਜਿੰਨਾ ਵੀ ਪਾਣੀ ਆਉਂਦਾ ਕੁਆਟਰਾਂ ਦੇ ਵਿੱਚ ਬਿਲਕੁਲ ਗੰਦਾ ਆ ਰਿਹਾ, ਸੀਵਰੇਜ ਟੁੱਟੇ ਪਏ ਸਾਰੇ, ਕੋਈ ਵੀ ਡੰਗਰ ਸੀਵਰਾਂ ਦੇ ਵਿੱਚ ਪੈ ਸਕਦਾ, ਬੱਚਾ ਪੈ ਸਕਦਾ, ਅਣਹੁਣੀ ਹੋ ਸਕਦੀ ਆ। ਇੱਥੇ ਖਿੜਕੀਆਂ ਦਰਵਾਜ਼ੇ ਸਭ ਟੁੱਟੇ ਪਏ ਆ, ਕੋਈ ਵੀ ਇੱਥੇ ਰਿਪੇਅਰਿੰਗ ਨਹੀਂ ਹੋ ਰਹੀ, ਅਤੇ ਕਲੋਨੀ ਦੀ ਕੋਈ ਵਿਵਸਥਾ ਸਫਾਈ ਦੀ ਨਹੀਂ ਹੈਗੀ, ਸਭ ਗੰਦ ਪਿਆ ਹੋਇਆ, ਬੂੜੀ ਬੂਟੀ ਵੱਡੀ ਵੱਡੀ ਉੱਗੀ ਪਈ ਆ। ਅਸੀਂ ਇਹ ਚਾਹੁੰਦੇ ਹਾਂ ਕਿ ਇਸ ਕਲੋਨੀ ਦੀ ਸੁੰਦਰਤਾ ਲਈ ਲੋਕ ਬਾਹਰੋਂ ਬੜੀ ਬੜੀ ਦੂਰ ਅੰਮ੍ਰਿਤਸਰੋਂ ਦਿੱਲੀਓਂ ਝੀਲ ਦੇਖਣ ਆਉਂਦੇ ਨੇ, ਟੂਰਿਜ਼ਮ ਸਪੋਟ ਹੈ ਬਣਿਆ ਹੋਇਆ ਇੱਥੇ, ਸ਼ਹੀਦ ਭਗਤ ਸਿੰਘ ਆਪਣਾ ਪਾਰਕ ਹੈਗੀ ਇੱਥੇ, ਇੱਥੇ ਲੋਕ ਦੂਰੋਂ ਦੂਰੋਂ ਆਉਂਦੇ ਆ। ਪਰ ਇੱਥੇ ਗੰਦ ਹੋਣ ਦੇ ਕਰਕੇ, ਸਫਾਈ ਨਾ ਹੋਣ ਦੇ ਕਰਕੇ ਲੋਕ ਜਿਹੜੇ ਜ਼ਿਆਦਾ ਰੁਕਦੇ ਨਹੀਂ ਹੈਗੇ। ਪ੍ਰਸ਼ਾਸਨ ਅੱਗੇ ਮੰਗ ਇਹ ਹੈਗੀ ਹੈ ਕਿ ਇੱਥੇ ਕੁਆਟਰ ਵਧੀਆ ਤਰੀਕੇ ਨਾਲ ਬਣਾਏ ਜਾਣ, ਤਾਂ ਕਿ ਟੂਰਿਜ਼ਮ 'ਚ ਜਿਹੜਾ ਲੋਕ ਸੈਰ ਸਪਾਟਾ ਕਰਨ ਦੇ, ਉਹ ਰਾਤ ਇੱਥੇ ਰੁਕ ਸਕਦੇ ਆ। ਇਹਦੇ ਲਈ ਕੋਈ ਨਾ ਕੋਈ ਟੂਰਿਜ਼ਮ ਜ਼ਰੂਰ ਬਣਾਉਣਾ ਚਾਹੀਦਾ, ਕੋਈ ਰੂਮ। ਸਰ ਨੇਮ ਭਾਰੀ ਇਲਾਕਾ ਹੈਗਾ, ਜੰਮੂ ਕਸ਼ਮੀਰ ਔਰ ਹਿਮਾਚਲ ਦਾ ਬਾਰਡਰ ਲੱਗਦਾ, ਖੰਡਰ ਕੁਆਟਰ ਹੈਗੇ ਨੇ ਇੱਥੇ, ਕੀ ਕਹਿਣਾ ਉਹਦੇ ਬਾਰੇ? ਸਰ ਮੈਂ ਕਹਿੰਦਾ ਕਿ ਇੱਥੇ ਖੰਡਰ ਕੁਆਟਰ ਕੋਈ 5-6 ਸਾਲ ਤੋਂ ਖੰਡਰ ਕੁਆਟਰ ਨਹੀਂ ਹੈ, ਕੋਈ ਵੀ ਅਣਹੋਣੀ ਹੋ ਸਕਦੀ, ਮਿਸਯੂਜ਼ ਹੋ ਸਕਦਾ, ਕਿਉਂਕਿ ਇਹ ਜਿਹੜੀ ਝੀਲ ਆ, ਝੀਲ ਬਿਲਕੁਲ ਬਾਰਡਰ ਨਾਲ ਆ ਸਾਡੇ JNDA ਦਾ, ਕੋਈ ਵੀ ਉੱਧਰੋਂ ਮਿਸਯੂਜ਼ ਕਰ ਸਕਦਾ ਆ ਕੇ। ਕੀ ਮੰਗ ਕਰਦੇ ਹੋ? ਮੰਗ ਇਹ ਕਰਦੇ ਹਾਂ ਅਸੀਂ ਕਿ ਜਿਹੜੀ ਕਲੋਨੀ ਖੰਡਰ ਕੁਆਟਰ ਜਿਹੜੇ ਹੈਗੇ ਆ, ਉਹ ਟੋਟਲ ਪਲੇਨ ਕਰਕੇ ਉਹਨਾਂ ਚਾਹੇ ਆਪਸ਼ਨ ਕਰਾਈ ਜਾਵੇ, ਲੋਕਾਂ ਨੂੰ ਦਿੱਤੇ ਜਾਣ, ਪੱਕੇ ਤੌਰ 'ਤੇ ਦਿੱਤੇ ਜਾਣ ਜਿਹੜੇ ਇੰਪਲਾਈਜ਼ ਹੈਗੇ ਆ, ਅਤੇ ਉਸ ਤੋਂ ਬਾਅਦ ਜੇ ਜਿਹੜੇ ਲੋਕਾਂ ਨੂੰ ਅਲਾਟਮੈਂਟ ਹੈਗੀ ਆ, ਉਹਨਾਂ ਨੂੰ ਵੀ ਅੱਛੀ ਤਰੀਕੇ ਨਾਲ ਵਧੀਆ ਤਰੀਕੇ ਨਾਲ ਸਫਾਈ ਉਹਦੀ ਮੁਰੰਮਤ ਕਰਾ ਕੇ, ਤਾਂ ਕਿ ਵਧੀਆ ਤਰੀਕੇ ਨਾਲ ਲੱਗਣ, ਲੋਕ ਬੜੇ ਤਰੀਕੇ ਮਜ਼ੇ ਨਾਲ ਰਹਿ ਸਕਣ। ਸਰ ਬੇਨਤੀ ਇੱਦਾਂ ਹੈ ਕਿ ਸਾਨੂੰ ਇੱਥੇ ਕੋਈ ਸਹੂਲਤਾਂ, ਸਰਕਾਰ ਵੱਲੋਂ ਸਹੂਲਤਾਂ ਜ਼ਰੂਰ ਆਉਂਦੀਆਂ ਨੇ, ਵੀ ਸਹੂਲਤ ਆ ਵੀ ਆਹ ਆ ਗਿਆ, ਇਹ ਬਾਰਡਰ ਏਰੀਏ ਦੇ ਲਾਗੇ ਸਾਡਾ ਰਣਜੀਤ ਸਾਗਰ ਡੈਮ ਝੱਖੜਾ ਕਲੋਨੀ ਅਸੀਂ ਰਹਿੰਦੇ ਹਾਂ, ਇਹਦੇ ਨਾ ਤਾਂ ਸਾਨੂੰ ਕੋਈ ਕੁਆਟਰਾਂ ਦੀ ਸਹੂਲਤ, ਨਾ ਸਾਨੂੰ ਪਾਣੀ ਦੀ ਸਹੂਲਤ, ਨਾ ਸਫਾਈ ਦੀ, ਨਾ ਕਿਸੇ ਦੇ ਇੱਥੇ ਗੰਦ ਪਿਆ ਜੀ। ਮੈਂ ਕਹਿੰਦਾ ਨੂੰ ਅਸੀਂ ਇਹੋ ਬੇਨਤੀ ਵਾਰ ਵਾਰ ਕਰ ਰਿਹਾ ਜੀ, ਸਾਨੂੰ ਜਿਹੜਾ ਸਮਾਨ ਹੈ ਉੱਥੋਂ ਸਾਡਾ ਆਉਂਦਾ, ਕੁਆਟਰਾਂ ਦੇ ਜਿਹੜੇ ਰਿਟਾਇਰਮੈਂਟ ਬੰਦੇ ਉਹਨਾਂ ਨੂੰ ਕੁਆਟਰ ਪੱਕੇ ਤੌਰ 'ਤੇ ਦਿੱਤੇ ਜਾਣ, ਜਿਹੜੇ ਤੰਨਮ ਕੁਆਟਰ ਨੇ ਉਹਨਾਂ ਨੂੰ ਢਾਹ ਕੇ ਸਫਾਈ ਕਰਕੇ ਇਹਨਾਂ ਦੁਬਾਰਾ ਕੁਆਟਰ ਇੱਥੇ ਬਣਾਏ ਜਾਣ। ਇਸ ਕਰਕੇ ਜੋ ਦੁਨੀਆ ਪਹਿਲਾਂ ਵੱਸਦੀ ਸੀ ਇੱਦਾਂ ਦੁਨੀਆ ਵੱਸੀ ਜਾਏ, ਅਤੇ ਇਸ ਕਰਕੇ ਸਾਡੀ ਤਾਂ ਮਹਿਕਮੇ ਨੂੰ ਬੇਨਤੀ ਵਾਰ ਵਾਰ ਇਹੋ ਹੀ ਹੋ ਰਹੀ ਹੈ ਕਿ ਸਾਡਾ ਜੋ ਬਣਦਾ ਹੱਕ ਹੈ ਸਾਨੂੰ ਉਹ ਵੀ ਦਿੱਤਾ ਜਾਣ, ਸਾਡੀਆਂ ਜੋ ਮੰਗਾਂ ਨੇ ਉਹ ਵੀ ਸਾਨੂੰ ਦਿੱਤੀਆਂ ਜਾਣ, ਸਾਡੇ ਪੇ ਕਮਿਸ਼ਨ ਦੀ ਰਿਪੋਰਟ ਹੈ ਉਹ ਵੀ ਲਾਗੂ ਕੀਤੀ ਜਾਏ। ਸਰ ਜਿਸ ਤਰ੍ਹਾਂ ਇਹ ਰਣਜੀਤ ਸਾਗਰ ਡੈਮ ਦੇ ਜਿਹੜੇ ਕੁਆਟਰ ਨੇ ਖਾਲੀ ਪਏ ਨੇ, ਜੰਮੂ ਕਸ਼ਮੀਰ ਦਾ ਔਰ ਹਿਮਾਚਲ ਦਾ ਬਾਰਡਰ ਨਾਲ ਲੱਗਦਾ ਹੈ, ਬਾਰਡਰ ਲੱਗਦਾ ਜੀ, ਬਾਰਡਰ ਦੇ ਉੱਤੋਂ ਤਾਂ ਬਹੁਤ ਜ਼ਿਆਦਾ ਇੱਥੋਂ ਪਰੇਸ਼ਾਨੀ ਜੀ ਆ, ਰਾਵੀ ਦਰਿਆ ਲਾਗੇ ਲੱਗਦਾ ਸਾਡੇ ਡੈਮ ਦੇ, ਇੱਥੋਂ ਕੋਈ ਵੀ ਆਣ ਕੇ ਅੱਤਵਾਦੀ ਆ ਸਕਦਾ, ਹੋਰ ਵੀ ਕੋਈ ਆਣ ਕੇ, ਕੋਈ ਨਹੀਂ, ਇਹ ਜਿਹੜੇ ਕੁਆਟਰ ਨੇ, ਕੁਆਟਰ ਦੇ ਵਿੱਚ ਕਿਤੇ ਵੀ ਆਣ ਕੇ ਬੰਦਾ ਕੋਈ ਬੈਠ ਜਾਏ, ਜਿਹੜੇ ਕੰਨਮ ਕੁਆਟਰ ਨੇ। ਮਹਿਕਮੇ ਨੂੰ ਬੜੀ ਵਾਰੀ ਚੀਫ ਸਾਹਿਬ ਨੂੰ ਵੀ ਬੇਨਤੀ ਕੀਤੀ ਜੀ, ਇਹਨਾਂ ਨੂੰ ਢਾਹ ਕੇ ਇੱਥੇ ਸਫਾਈ ਕਰਵਾਈ ਜਾਏ, ਇਸ ਕਰਕੇ ਜੇ ਕਿਸੇ ਨੂੰ ਲੁਕਣ ਵਾਸਤੇ ਜਗ੍ਹਾ ਨਾ ਦਿੱਤੀ ਜਾਏ। ਹੋਸਪਿਟਲ ਦੀ ਸਾਨੂੰ ਸਹੂਲਤ ਹੈਗੀ? ਹੋਸਪਿਟਲ ਦੀ ਬਿਲਕੁਲ ਬੁਰੀ ਹਾਲਤ ਜੀ, ਹੋਸਪਿਟਲ ਦੀ ਕੋਈ ਸਹੂਲਤ ਨਹੀਂ ਸਾਨੂੰ ਜੀ ਇੱਥੇ, ਨਾ ਕੋਈ ਡਾਕਟਰ ਆ ਰਿਹਾ, ਨਾ ਕੋਈ ਗੱਲ, ਨਾ ਕੋਈ ਬਾਹਰ, ਨਾ ਕੋਈ ਦਵਾਈ। ਜੇਕਰ ਸਾਡੇ ਕੋਈ ਵੀ ਬਿਮਾਰ ਹੋ ਜਾਂਦਾ ਤਾਂ ਇੱਥੋਂ 40-45 ਕਿਲੋਮੀਟਰ ਪਠਾਨਕੋਟ ਜੀ ਉੱਥੇ ਲੈ ਕੇ ਜਾਂਦੇ ਹਾਂ, ਜਾਂਦਾ ਜਾਂਦਾ ਬੰਦਾ ਖਤਮ ਹੋ ਗਿਆ ਤਾਂ ਠੀਕ ਹੈ, ਸਾਡੀ ਆ ਜਿੰਦ, ਜੇ ਨਾ ਹੋਇਆ ਤਾਂ ਮਹਿਕਮੇ ਦੀ ਕੋਈ ਇਹਦੇ ਵਿੱਚ ਜ਼ਿੰਮੇਵਾਰੀ ਨਹੀਂ ਬਣਦੀ ਜੀ, ਮਹਿਕਮੇ ਦਾ ਫਰਜ਼ੀ ਨਹੀਂ ਕੋਈ ਮਹਿਕਮਾ ਦੇ ਵਿੱਚ ਦੇ ਰਿਹਾ ਵੀ ਡਾਕਟਰ ਕਾਗਜ਼ਾਂ ਦੇ ਵਿੱਚ ਜ਼ਰੂਰ ਚੱਲਦੇ ਹੋਣਗੇ, ਡਾਕਟਰ ਵੀ ਆਉਂਦੇ ਨੇ ਕੋਈ ਸ਼ਿਫਟ 'ਚ ਨਹੀਂ ਡਾਕਟਰ ਆ ਰਿਹਾ, ਕੋਈ ਨਹੀਂ ਆ ਰਿਹਾ ਜੀ, ਉੱਦਾਂ ਹੋਸਪਿਟਲ ਬੰਦ ਹੈ ਜੀ।
also press